ਸਾਡਾ ਅੱਜ ਦਾ ਲੇਖ ਹੈ ਉਹ ਹੈ ਸਵੇਰ ਦੀ ਸੈਰ ਮਾਰਨਿੰਗ ਵਾਕ। ਅਸੀਂ ਸਾਰੇ ਜਾਣਦੇ ਹਾਂ ਕਿ ਸਵੇਰ ਦੀ ਸੈਰ ਦੇ ਸਾਨੂੰ ਕਿੰਨੇ ਫਾਇਦੇ ਹਨ, ਉਹ ਸਾਰੇ ਫਾਇਦੇ ਅਸੀਂ ਇਸ ਸਵੇਰ ਦੀ ਸੈਰ ਲੇਖ ਦੇ ਵਿੱਚ ਲਿਖਾਂਗੇ। ਕਲੀਅਰ? ਜਿਵੇਂ ਥਰਡ ਕਲਾਸ ਦੇ ਵਿੱਚ ਜਦੋਂ ਅਸੀਂ ਲੇਖ ਲਿਖਦੇ ਸਨ, ਅਸੀਂ ਪੁਆਇੰਟਸ ਬਣਾ ਕੇ ਲਿਖਦੇ ਹਾਂ, ਫਸਟ ਸੈਂਟੈਂਸ, ਸੈਕਿੰਡ, ਥਰਡ, ਫੋਰ, ਫਾਈਵ, ਅਸੀਂ 10 ਲਾਈਨਸ ਦੇ ਵਿੱਚ ਐਸੇ ਲਿਖ ਲੈਂਦੇ ਸੀ, ਹੈ ਨਾ। ਲੇਕਿਨ ਕਲਾਸ 4 ਦੇ ਵਿੱਚ ਅਸੀਂ 1, 2, 3, 4 ਪੁਆਇੰਟਸ ਬਣਾ ਕੇ ਨਹੀਂ ਲਿਖਣਾ। ਕਲਾਸ 4 ਦੇ ਵਿੱਚ ਜਦੋਂ ਅਸੀਂ ਲੇਖ ਲਿਖਣਾ ਹੈ ਤਾਂ ਪੈਰਾਗ੍ਰਾਫ ਫਾਰਮ ਦੇ ਵਿੱਚ ਲਿਖਣਾ ਹੈ, ਅਤੇ ਹਰ ਪੈਰਾ ਦੀ ਇੱਕ ਹੈਡਿੰਗ ਹੋਵੇਗੀ, ਉਸਨੂੰ ਨੁਕਤਾ ਕਿਹਾ ਜਾਂਦਾ ਹੈ। ਠੀਕ ਹੈ, ਕਲਾਸ 4 ਦੇ ਵਿੱਚ ਜਦੋਂ ਅਸੀਂ ਲੇਖ ਲਿਖਦੇ ਹਾਂ ਤਾਂ ਪੈਰਾਗ੍ਰਾਫ ਫਾਰਮ ਦੇ ਵਿੱਚ ਲਿਖਦੇ ਹਾਂ। 4, 5, 6, 7 ਪੈਰਾਸ ਬਣਾ ਲਏ ਜਾਂਦੇ ਹਨ, ਹਰ ਪੈਰੇ ਦੀ ਇੱਕ ਹੈਡਿੰਗ ਹੁੰਦੀ ਹੈ, ਉਸ ਹੈਡਿੰਗ ਨੂੰ ਅਸੀਂ ਲੇਖ ਦਾ ਨੁਕਤਾ ਕਹਿੰਦੇ ਹਾਂ। ਨੁਕਤਾ, ਨੰਨੇ ਨੂੰ ਔਂਕੜ, ਕੱਕਾ, ਤੱਤੇ ਨੂੰ ਕੰਨਾ, ਨੁਕਤਾ। ਠੀਕ ਹੈ, ਮਤਲਬ ਹੈਡਿੰਗ। ਰੈਡੀ? ਨਾਉ ਆਈ ਐਮ ਗੋਇੰਗ ਟੂ ਸ਼ੇਅਰ ਮਾਈ ਸਕਰੀਨ। ਸਾਰੇ ਬੱਚੇ ਸਕਰੀਨ ਦੇ ਉੱਪਰ ਧਿਆਨ ਦੇਣਗੇ। ਅੱਜ ਦਾ ਲੇਖ ਹੈ ਸਵੇਰ ਦੀ ਸੈਰ। ਇਸ ਦੇ ਵਿੱਚ ਸਭ ਤੋਂ ਪਹਿਲਾ ਨੁਕਤਾ ਹੈ ਭੂਮਿਕਾ। ਭੂਮਿਕਾ ਕੀ ਹੁੰਦਾ ਹੈ, ਕੀ ਹੁੰਦੀ ਹੈ? ਹੈਡਿੰਗ, ਇੰਟਰੋਡਕਸ਼ਨ। ਭੂਮਿਕਾ, ਇੰਟਰੋਡਕਸ਼ਨ। ਇੰਟਰੋਡਕਸ਼ਨ ਦੇ ਵਿੱਚ ਅਸੀਂ ਇੰਟਰੋਡਿਊਸ ਕਰਾਂਗੇ ਇਸ ਲੇਖ ਨੂੰ ਕਿ ਸਵੇਰ ਦੀ ਸੈਰ ਸਾਡੇ ਲਈ ਕਿਉਂ ਜ਼ਰੂਰੀ ਹੈ। ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ, ਤੰਦਰੁਸਤ ਮਤਲਬ ਹੈਲਦੀ ਰੱਖਣ ਲਈ, ਸਵੇਰ ਦੀ ਸੈਰ ਬਹੁਤ ਜ਼ਰੂਰੀ ਹੈ। ਸਵੇਰ ਦੀ ਸੈਰ ਕਸਰਤ ਕਰਨ ਦਾ ਸਭ ਤੋਂ ਸਸਤਾ ਅਤੇ ਸੌਖਾ ਸਾਧਨ ਹੈ। ਠੀਕ ਹੈ, ਇਸ ਲਈ ਸਵੇਰੇ ਜਲਦੀ ਉੱਠ ਕੇ ਸੈਰ ਕਰਨੀ ਸਿਹਤ ਲਈ ਬਹੁਤ ਲਾਭਦਾਇਕ ਹੈ। ਲਾਭਦਾਇਕ ਮਤਲਬ ਬੈਨੀਫਿਸ਼ੀਅਲ ਹੈ, ਇਸਦੇ ਫਾਇਦੇ ਬਹੁਤ ਹਨ। ਇਸ ਤੋਂ ਬਾਅਦ ਸਾਡਾ ਦੂਸਰਾ ਨੁਕਤਾ ਸਟਾਰਟ ਹੋਏਗਾ, ਸਰੀਰਕ ਅਰੋਗਤਾ। ਸਰੀਰਕ ਜੋ ਸਾਡੀ ਬਾਡੀ ਨਾਲ ਰਿਲੇਟਡ ਹੋਵੇ, ਅਰੋਗਤਾ ਮਤਲਬ ਕਿਸੇ ਵੀ ਰੋਗ ਦਾ ਨਾ ਹੋਣਾ, ਕਿਸੇ ਤਰ੍ਹਾਂ ਦੀ ਬਿਮਾਰੀ ਦਾ ਨਾ ਹੋਣਾ, ਪੂਰੀ ਤੰਦਰੁਸਤੀ ਹੋਣੀ। ਸਵੇਰ ਦੀ ਸੈਰ ਕਰਨ ਨਾਲ ਸਾਡਾ ਸਰੀਰ ਅਰੋਗ ਰਹਿੰਦਾ ਹੈ। ਅਰੋਗ ਰਹਿੰਦਾ ਮਤਲਬ ਕੋਈ ਵੀ ਰੋਗ ਨਹੀਂ ਲੱਗਦਾ। ਸਵੇਰ ਦੀ ਤਾਜ਼ੀ ਹਵਾ ਸਾਡੇ ਫੇਫੜਿਆਂ ਨੂੰ ਸਾਫ਼ ਕਰਦੀ ਹੈ। ਫੇਫੜੇ ਕੀ ਹੁੰਦੇ ਹਨ? ਸਾਡੇ ਲੰਗਸ, ਜੋ ਸਾਨੂੰ ਸਾਹ ਲੈਣ ਵਿੱਚ ਮਦਦ ਕਰਦੇ ਹਨ। ਸਵੇਰ ਦੀ ਸੈਰ ਦੇ ਸਮੇਂ ਤਾਜ਼ੀ ਹਵਾ ਸਾਡੇ ਫੇਫੜਿਆਂ ਨੂੰ ਸਾਫ਼ ਕਰਦੀ ਹੈ। ਸਵੇਰ ਸਮੇਂ ਦੇ ਕੁਦਰਤੀ ਨਜ਼ਾਰਿਆਂ ਨੂੰ ਵੇਖਣ ਨਾਲ ਸਾਨੂੰ ਖੁਸ਼ੀ ਮਿਲਦੀ ਹੈ। ਜਦੋਂ ਅਸੀਂ ਸਵੇਰੇ ਸਵੇਰੇ ਮੋਰਨਿੰਗ ਵਾਕ ਕਰਨ ਜਾਂਦੇ ਹਾਂ, ਉੱਥੇ ਸਾਨੂੰ ਬਹੁਤ ਸਾਰੇ ਪਿਆਰੇ ਪਿਆਰੇ ਨੈਚੁਰਲ ਵਿਊਜ਼ ਦੇਖਣ ਨੂੰ ਮਿਲਦੇ ਹਨ, ਅਤੇ ਇਸ ਤਰ੍ਹਾਂ ਦੇ ਕੁਦਰਤੀ ਨਜ਼ਾਰੇ ਵੇਖਣ ਦੇ ਨਾਲ ਸਾਨੂੰ ਖੁਸ਼ੀ ਮਿਲਦੀ ਹੈ। ਸਵੇਰੇ ਸਵੇਰੇ ਹਰਿਆਲੀ ਵੇਖਣ ਨਾਲ ਅਤੇ ਨੰਗੇ ਪੈਰੀ ਘਾਹ ਉੱਤੇ ਤੁਰਨ ਨਾਲ ਸਾਡੀ ਅੱਖਾਂ ਦੀ ਰੋਸ਼ਨੀ, ਜੋ ਸਾਡੀ ਆਈਸਾਈਟ ਹੈ, ਉਹ ਤੇਜ਼ ਹੁੰਦੀ ਹੈ। ਸਵੇਰ ਦੀ ਸੈਰ ਕਰਨ ਨਾਲ ਸਾਡੀ ਪਾਚਨ ਸ਼ਕਤੀ ਵੀ ਠੀਕ ਹੁੰਦੀ ਹੈ। ਪਾਚਨ ਸ਼ਕਤੀ ਕੀ ਹੁੰਦੀ ਹੈ? ਸਾਡਾ ਡਾਈਜੈਸਟਿਵ ਸਿਸਟਮ, ਯਾਨੀ ਕਿ ਅਸੀਂ ਭੋਜਨ ਨੂੰ ਵਧੀਆ ਤਰੀਕੇ ਦੇ ਨਾਲ ਪਚਾ ਸਕਦੇ ਹਾਂ। ਇਸ ਤਰ੍ਹਾਂ ਸਰੀਰਕ ਅਰੋਗਤਾ ਲਈ ਸਵੇਰ ਦੀ ਸੈਰ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਮਾਨਸਿਕ ਅਰੋਗਤਾ। ਮਾਨਸਿਕ ਅਰੋਗਤਾ ਮਤਲਬ ਸਾਡੀ ਜੋ ਦਿਮਾਗ ਦੇ ਨਾਲ ਰਿਲੇਟਡ ਹੋਵੇ। ਠੀਕ ਹੈ, ਦਿਮਾਗੀ ਤੌਰ 'ਤੇ ਵੀ ਅਸੀਂ ਤੰਦਰੁਸਤ ਰਹਿੰਦੇ ਹਾਂ, ਸਾਡਾ ਬ੍ਰੇਨ ਜੋ ਹੈ ਉਹ ਸਟਰੋਂਗ ਹੁੰਦਾ ਹੈ। ਠੀਕ ਹੈ, ਸਵੇਰ ਦੀ ਸੈਰ ਕਰਨ ਨਾਲ ਸਾਡਾ ਮਨ ਵੀ ਤੰਦਰੁਸਤ ਰਹਿੰਦਾ ਹੈ। ਸਵੇਰ ਦੀ ਸੈਰ ਕਰਨ ਨਾਲ ਸਾਡਾ ਮਨ ਖੁਸ਼ ਅਤੇ ਸ਼ਾਂਤ ਹੋ ਜਾਂਦਾ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ। ਸਵੇਰੇ ਸਵੇਰੇ ਪੰਛੀਆਂ ਦੀ ਆਵਾਜ਼ ਸੁਣਨ ਨਾਲ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਸੀਂ ਦੇਖਿਆ ਹੈ ਕਿ ਜਦੋਂ ਅਸੀਂ ਸਵੇਰੇ ਸਵੇਰੇ ਸੈਰ ਕਰਨ ਜਾਂਦੇ ਹਾਂ ਤਾਂ ਦਰੱਖਤਾਂ ਦੇ ਉੱਪਰ ਪੰਛੀ ਚਹਿਚਹਾ ਰਹੇ ਹੁੰਦੇ ਹਨ, ਉਹਨਾਂ ਦੀ ਆਵਾਜ਼ ਸੁਣ ਕੇ ਮਨ ਨੂੰ ਇੱਕ ਅਲੱਗ ਜਿਹੀ ਖੁਸ਼ੀ ਮਿਲਦੀ ਹੈ। ਇਸ ਤਰ੍ਹਾਂ ਮਾਨਸਿਕ ਅਰੋਗਤਾ ਲਈ ਵੀ ਸਵੇਰ ਦੀ ਸੈਰ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਸਾਡਾ ਲਾਸਟ ਨੁਕਤਾ ਹੈ ਸਾਰੰਸ਼।
सार अंश दे विच असी पूरे लेख दा निचोड़ लिखते हाँ कि इसका इस तो सानू की सीखने को मिलिया, इस दे विच सानू की कंकलूजन मिलिया। सवेर दे समय बहुत सारे लोग सैर कर रहे होंगे, सवेरे सैर करते समय वह एक दूजे को मिलते हैं, जिस कारण उन्हां विच मेल मिलाप की भावना बढ़ती है। वह एक दूसरे को मिलते हैं, अपनियां गल्लां सांझियां करते हैं, तो इस तरह उन्हां विच मेल जोल की भावना बढ़ती है। इस तरह असी सवेर की सैर करके आपसी प्यार वधाउंदे हाँ अते कई बीमारियां तो मुक्त रहिंदे हाँ। देखो सवेर की सैर दे सानू किन्ने फायदे हैं, इस करके सानू हमेशा बिना नाका बिना रुके रेगुलरली सवेर की सैर करनी चाहिए है। ठीक है।